ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਹਾਜ਼ਰ ਹਾਂ ਜੀ ਤੁਹਾਡੀ ਬੀਏ ਥਰਡ ਈਅਰ ਦੀ ਪੰਜਾਬੀ ਦੀ ਕਲਾਸ ਦੇ ਨਾਲ ਬੀਏ ਥਰਡ ਈਅਰ ਦੀ ਸਾਡੀ ਐਚਆਰ ਦੀ ਪੰਜਾਬੀ ਦੀ ਕਲਾਸ ਦੇ ਵਿੱਚ ਅਸੀਂ ਕਰ ਰਹੇ ਹਾਂ ਜੀ ਤੁਹਾਡੀ ਰੀਚਾ ਤੇ ਰਮਜਾ ਬੁੱਕ ਸੋ ਸਾਡੀ ਇਸ ਬੁੱਕ ਜੋ ਕਿ ਸਾਡੀ ਫਸਟ ਪੇਪਰ ਦੀ ਤੀਸਰੀ ਬੁੱਕ ਹੈ ਸੋ ਇਸ ਬੁੱਕ ਦੇ ਵਿੱਚ ਅਸੀਂ ਕਰ ਰਹੇ ਹਾਂ ਜੀ ਤੁਹਾਡੇ ਨਿਬੰਧ ਕਿਉਂਕਿ ਇੱਕ ਨਿਬੰਧ ਸੰਗ੍ਰਹਿ ਹੈ ਵੱਖ ਵੱਖ ਨਿਬੰਧ ਜਿਹੜੇ ਹਨ ਉਹ ਇਸ ਵਿੱਚ ਸਾਨੂੰ ਦਿੱਤੇ ਗਏ ਹਨ ਸੋ ਇਸ ਨਿਬੰਧ ਜਿਹੜੀ ਬੁੱਕ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜਾ ਨਿਬੰਧ ਕੀਤਾ ਸੀ ਸਾਡੀ ਇਸ ਕਲਾਸ ਦੇ ਵਿੱਚ ਉਹ ਕੀਤਾ ਸੀ ਜੀ ਗੰਗਾ ਇਸ਼ਨਾਨ ਉਸ ਤੋਂ ਬਾਅਦ ਦੂਸਰਾ ਨਿਬੰਧ ਜੋ ਕਿ ਅਸੀਂ ਸਾਡੀ ਪਿਛਲੀ ਕਲਾਸ ਦੇ ਵਿੱਚ ਕੀਤਾ ਹੈ ਉਹ ਹੈ ਜੀ ਪੰਜਾਬ ਦੀਆਂ ਪ੍ਰਾਕਿਰਤਿਕ ਜਿਹੜੀਆਂ ਸਨ ਸੀਮਾਵਾਂ ਸੋ ਸੋਰੀ ਪੰਜਾਬੀ ਬੋਲੀ ਦੀ ਬਣਤਰ ਉਹ ਅਸੀਂ ਜਿਹੜਾ ਦੂਸਰਾ ਨਿਬੰਧ ਜਿਹੜਾ ਅਸੀਂ ਕੱਲ੍ਹ ਕਰਕੇ ਹਟੇ ਹਾਂ ਉਹ ਸੀਗਾ ਜੀ ਪੰਜਾਬੀ ਬੋਲੀ ਦੀ ਬਣਤਰ ਜਿਸ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਪੰਜਾਬੀ ਬੋਲੀ ਦੀ ਬਣਤਰ ਦੇ ਬਾਰੇ ਵਿੱਚ ਆਪਣੇ ਜਿਹੜੇ ਵੱਖ ਵੱਖ ਵਿਚਾਰ ਸਨ ਉਹਨਾਂ ਨੂੰ ਸਾਰਥਕ ਕਰਨ ਦੇ ਲਈ ਅਨੇਕਾਂ ਤਰ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਸੀ ਅਤੇ ਦੱਸਿਆ ਸੀ ਕਿ ਜਿਹੜੀ ਪੰਜਾਬੀ ਬੋਲੀ ਦੀ ਜਿਹੜੀ ਬਣਤਰ ਹੈ ਉਹ ਕਿਸ ਤਰ੍ਹਾਂ ਦੀ ਹੈ ਕਿਸ ਤਰ੍ਹਾਂ ਦੂਸਰੀ ਭਾਸ਼ਾਵਾਂ ਦੇ ਵਿੱਚੋਂ ਸ਼ਬਦ ਜਿਹੜੇ ਹਨ ਉਹ ਆ ਕੇ ਪੰਜਾਬੀ ਬੋਲੀ ਦੇ ਵਿੱਚ ਮਿਲ ਗਏ ਹਨ ਅਤੇ ਪੰਜਾਬੀ ਬੋਲੀ ਨੂੰ ਕਿਹੜੀਆਂ ਕਿਹੜੀਆਂ ਪ੍ਰਸਥਿਤੀਆਂ ਦਾ ਸਾਹਮਣਾ ਜਿਹੜਾ ਸੀ ਉਹ ਕਰਨਾ ਪਿਆ ਸੀ ਸੋ ਉਸ ਤੋਂ ਬਾਅਦ ਜਿਹੜੀ ਸਾਡੀ ਅੱਜ ਦੀ ਕਲਾਸ ਹੈ ਉਸ ਦੇ ਵਿੱਚ ਅਸੀਂ ਤੁਹਾਡਾ ਅਗਲਾ ਜਿਹੜਾ ਨਿਬੰਧ ਲੈ ਕੇ ਆਏ ਹਾਂ ਉਹ ਹੈ ਜੀ ਗਿੱਧਾ ਜੋ ਕਿ ਅਸੀਂ ਅੱਜ ਦੀ ਸਾਡੀ ਕਲਾਸ ਦੇ ਵਿੱਚ ਕਰਨਾ ਹੈ ਇਹ ਨਿਬੰਧ ਹੈ ਜੀ ਸਾਡਾ ਗਿੱਧਾ ਜੋ ਕਿ ਲਿਖਿਆ ਹੋਇਆ ਹੈ ਜੀ ਦਵਿੰਦਰ ਸਤਿਆਰਥੀ ਜੀ ਦਾ ਰੋ ਸੋ ਗਿੱਧਾ ਗਿੱਧਾ ਕਿਸ ਨੂੰ ਕਿਹਾ ਗਿਆ ਹੈ ਕੀ ਹੈ ਇਸ ਦਾ ਪੰਜਾਬੀ ਲੋਕਾਂ ਦੇ ਪ੍ਰਤੀ ਰੁਝਾਨ ਕਿਹੋ ਜਿਹਾ ਹੈ ਪੁਰਾਤਨ ਸਮੇਂ ਵਿੱਚ ਗਿੱਧਾ ਕਿਸ ਤਰ੍ਹਾਂ ਦਾ ਸੀ ਵਰਤਮਾਨ ਸਮੇਂ ਵਿੱਚ ਗਿੱਧਾ ਜਿਹੜਾ ਹੈ ਉਸਦਾ ਕੀ ਰੂਪ ਸਾਡੇ ਸਾਹਮਣੇ ਆ ਰਿਹਾ ਹੈ ਇਸ ਦੇ ਵਿੱਚ ਬਾਰੇ ਵਿੱਚ ਅਸੀਂ ਸਾਡੀ ਅੱਜ ਦੀ ਕਲਾਸ ਦੇ ਵਿੱਚ ਜਿਹੜੀ ਚਰਚਾ ਕਰਨ ਜਾ ਰਹੇ ਹਾਂ ਸੋ ਸ਼ੁਰੂ ਕਰ ਰਹੇ ਹਾਂ ਜੀ ਸਾਡਾ ਅੱਜ ਦਾ ਨਿਬੰਧ ਗਿੱਧਾ ਸੋ ਕਹਿੰਦੇ ਗਿੱਧਾ ਜਿਹੜਾ ਲੇਖ ਹੈ ਉਹ ਦਵਿੰਦਰ ਸਤਿਆਰਥੀ ਜੀ ਦੀ ਰਚਨਾ ਹੈ ਇਸ ਵਿੱਚ ਉਸ ਉਹਨਾਂ ਨੇ ਇਸ ਨਾਚ ਦੀ ਉਤਪਤੀ ਅਤੇ ਇਸ ਦੇ ਭਿੰਨ ਭਿੰਨ ਸਥਾਨਾਂ ਉੱਤੇ ਭਿੰਨ ਭਿੰਨ ਰੂਪ ਜਿਹੜੇ ਹਨ ਉਹਨਾਂ ਦਾ ਵਰਣਨ ਜਿਹੜਾ ਹੈ ਸਾਡੇ ਸਾਹਮਣੇ ਕੀਤਾ ਹੈ ਸੋ ਇਹ ਨਾਲ ਦੀ ਨਾਲ ਉਹਨਾਂ ਨੇ ਇਹ ਦੱਸਣ ਦੀ ਜਾਣਕਾਰੀ ਵੀ ਇਹ ਦੱਸਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਗਿੱਧਾ ਹੈ ਉਹ ਕਿੰਨਾ ਕੁ ਹਰਮਨ ਪਿਆਰਾ ਨਾਚ ਹੈ ਸੋ ਕਹਿੰਦੇ ਇਹ ਜਿਹੜਾ ਗਿੱਧਾ ਨਾਚ ਹੈ ਉਸ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਗੱਲ ਕਰਦੇ ਹਨ ਉਹ ਗੱਲ ਕਰਦੇ ਹਨ ਕਿ ਖੁਸ਼ੀ ਦਾ ਇੱਕ ਆਪ ਮੁਹਾਰਾ ਉਛਾਲਾ ਸੋ ਅਸੀਂ ਪੁਆਇੰਟ ਦੇ ਆਧਾਰ ਤੇ ਕਰਾਂਗੇ ਜੀ ਸੋ ਪਹਿਲਾਂ ਸਾਡੇ ਕੋਲ ਪੁਆਇੰਟ ਹੈ ਉਹ ਹੈ ਜਿਹੜਾ ਸਾਡਾ ਗਿੱਧਾ ਹੈ ਉਹ ਖੁਸ਼ੀ ਦਾ ਆਪ ਮੁਹਾਰਾ ਉਛਾਲ ਹੈ ਜੀ ਉਛਾਲ ਸੋ ਜਿਹੜਾ ਇਹ ਗਿੱਧਾ ਹੈ ਇਹ ਖੁਸ਼ੀ ਦਾ ਆਪ ਮੁਹਾਰਾ ਉਛਾਲ ਹੈ ਨੱਚਣਾ ਦਵਿੰਦਰ ਸਤਿਆਰਥੀ ਜੀ ਦੇ ਅਨੁਸਾਰ ਨੱਚਣਾ ਜਿਹੜਾ ਹੈ ਉਹ ਦਿਲ ਦੀ ਖੁਸ਼ੀ ਦਾ ਇੱਕ ਆਪ ਮੁਹਾਰਾ ਉਛਾਲ ਹੁੰਦਾ ਹੈ ਜਦੋਂ ਸਾਡੇ ਦਿਲ ਦੇ ਵਿੱਚ ਕਿਸੇ ਗੱਲ ਦੀ ਖੁਸ਼ੀ ਹੁੰਦੀ ਹੈ ਤਾਂ ਅਸੀਂ ਉਸ ਨੂੰ ਪ੍ਰਗਟ ਕਰਨ ਦੇ ਲਈ ਜਿਹੜਾ ਹੈ ਕੋਈ ਨਾ ਕੋਈ ਕਾ ਜਿਹੜੀ ਹੈ ਕਿਰਿਆ ਜ਼ਰੂਰ ਕਰਦੇ ਹਾਂ ਸੋ ਕੋਈ ਹੱਸਦਾ ਹੈ ਕੋਈ ਨੱਚਦਾ ਹੈ ਕੋਈ ਗਾਉਂਦਾ ਹੈ ਸੋ ਕਹਿੰਦੇ ਵਿਸ਼ਵ ਦੇ ਵਿੱਚ ਸੰਗੀਤ ਦੇ ਨਾਲ ਨਾਲ ਨ੍ਰਿਤਕਾਰੀ ਜਿਹੜੀ ਸੀ ਉਸ ਦਾ ਵੀ ਜਨਮ ਜਿਹੜਾ ਸੀ ਉਹ ਹੋਇਆ ਹੈ ਕਹਿੰਦੇ ਸਮੇਂ ਦੇ ਬੀਤਣ ਦੇ ਨਾਲ ਨਾਲ ਸੱਭਿਅਤਾ ਦੇ ਖਿਲਾਰ ਦੇ ਫਲਸਰੂਪ ਨ੍ਰਿਤਕਾਰੀ ਦੇ ਜਿਹੜੇ ਮੁੱਲੇ ਹਨ ਕਹਿੰਦੇ ਉਹ ਮੁੱਲੇ ਜਿਹੜੇ ਹਨ ਮੁੱਲਾਂ ਦੇ ਉਛਾਲ ਤੇ ਬਣਤਰ ਦੇ ਵਿੱਚ ਪਰਿਵਰਤਨ ਜਿਹੜਾ ਸੀ ਉਹ ਹੁੰਦਾ ਰਿਹਾ ਹੈ ਪਰ ਜਿੱਥੇ ਸੱਭਿਅਤਾ ਦਾ ਇਹ ਪ੍ਰਭਾਵ ਨਹੀਂ ਪਿਆ ਕਹਿੰਦੇ ਉੱਥੇ ਮਨੁੱਖ ਤੇ ਕੁਦਰਤ ਦੀ ਸਾਂਝ ਜਿਹੜੀ ਹੈ ਉਹ ਸਦਾ ਲਈ ਕਾਇਮ ਰਹੀ ਤੇ ਆਪਣੇ ਅਸਲੀ ਰੂਪ ਦੇ ਵਿੱਚ ਹੀ ਉਹ ਚੀਜ਼ ਵਿਚਰ ਕੇ ਸਾਡੇ ਸਾਹਮਣੇ ਆਉਂਦੀ ਰਹੀ ਸੋ ਜਿਹੜਾ ਅਗਲਾ ਹੈ ਜੀ ਨੱਚਣ ਦਾ ਸ਼ਰੋਗ ਸੋ ਅਗਲਾ ਹੈ ਨੱਚਣ ਦਾ ਸ਼ਰੋਗ ਸੋ ਜੇਕਰ ਅਸੀਂ ਗਿੱਧੇ ਦੀ ਗੱਲ ਕਰੀਏ ਤਾਂ ਗਿੱਧਾ ਜਿਹੜਾ ਹੈ ਇੱਕ ਨੱਚਣ ਦਾ ਸ਼ਰੋਤ ਹੈ ਦਿਲ ਦਾ ਚਾਅ ਉਤਸ਼ਾਹ ਸਰੀਰ ਦੇ ਵਿੱਚ ਖੂਨ ਅਤੇ ਜੀਵਨ ਵਿੱਚ ਰੀਝਾਂ ਤੇ ਸੁਪਨੇ ਜਿਹੜੇ ਹਨ ਉਹਨਾਂ ਨੂੰ ਸਾਡੇ ਸਾਹਮਣੇ ਪੇਸ਼ ਕਰਦਾ ਹੈ ਲੇਖਕ ਦੇ ਅਨੁਸਾਰ ਜਦ ਦਿਲ ਦੇ ਵਿੱਚ ਆਨੰਦ ਦੀ ਸਵਰਗੀ ਮਸਤੀ ਛਾ ਜਾਂਦੀ ਹੈ ਸਰੀਰ ਆਪਣੇ ਆਪ ਝੂਮਣ ਲੱਗ ਪੈਂਦਾ ਹੈ ਤਾਂ ਰਗ ਰਗ ਵਿੱਚੋਂ ਇੱਕ ਥਿਰਕਦੀ ਹੋਈ ਲੈ ਨਿਕਲਦੀ ਹੈ ਜੋ ਸਾਡੇ ਤਨ ਅਤੇ ਮਨ ਨੂੰ ਨਚਾ ਦਿੰਦੀ ਹੈ ਸੋ ਜਿਹੜਾ ਗਿੱਧਾ ਹੈ
ਉਹ ਇੱਕ ਅਜਿਹੀ ਹੀ ਲੈਅ ਦੇ ਵਿੱਚ ਉਤਪੰਨ ਹੁੰਦਾ ਹੈ ਤੇ ਇਹ ਨੱਚਣ ਦਾ ਸਰੋਤ ਬਣ ਕੇ ਸਾਡੀ ਖੁਸ਼ੀ ਦਾ ਅਪਮਹਾਰਾ ਉਛਾਲਾ ਬਣ ਕੇ ਸਭ ਦੇ ਸਾਹਮਣੇ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਹੈ। ਸੋ ਅੱਗੇ ਹੈ ਜੀ ਬੰਗਾਲ ਦੇ ਲੋਕ ਨਾਚ। ਬੰਗਾਲ ਦੇ ਲੋਕ ਨਾਚ ਸੋ ਕਹਿੰਦੇ ਜਿਹੜਾ ਕੀਤਾ ਹੈ ਉਸ ਦੇ ਬਾਰੇ ਚਰਚਾ ਕਰਦੇ ਹੋਏ ਕਹਿੰਦੇ ਹਨ ਕਿ ਭਿੰਨ ਭਿੰਨ ਜਿਹੜੇ ਪ੍ਰਾਂਤ ਹਨ ਭਿੰਨ ਭਿੰਨ ਪ੍ਰਾਂਤਾਂ ਦੇ ਲੋਕ ਨਾਚਾਂ ਦਾ ਪਰਿਚਯ ਦਿੰਦੇ ਹੋਏ ਲੇਖਕ ਜਿਹੜਾ ਹੈ ਉਹ ਦੱਸਦਾ ਹੈ ਕਿ ਬੰਗਾਲ ਦੇ ਪਿੰਡਾਂ ਦੇ ਵਿੱਚ ਕਈ ਦੇਸੀ ਨਾਚ ਜਿਹੜੇ ਸਾਨੂੰ ਪ੍ਰਚਲਿਤ ਹਨ। ਉੱਥੋਂ ਦੀਆਂ ਇਸਤਰੀਆਂ ਜਿਹੜੀਆਂ ਹਨ ਚਾਅ ਅਤੇ ਖੁਸ਼ੀ ਦੇ ਵਿੱਚ ਕਹਿੰਦੇ ਆਪਣੇ ਨਾਚ ਜਿਹੜੀਆਂ ਹਨ ਉਹ ਨੱਚਦੀਆਂ ਹਨ। ਚਾਵਾਂ ਮੱਤੇ ਬ੍ਰਤ ਨਾਚ ਅਤੇ ਪੁਰਸ਼ ਜਿਹੜਾ ਹੈ ਧਰਮ ਪੂਜਾ ਦੇ ਰੈਬਸੇ ਨਾਚ ਵਿੱਚ ਖਾਸ ਆਨੰਦ ਮਾਣਦੇ ਹਨ। ਇੱਕ ICS ਅਧਿਕਾਰੀ ਸ਼੍ਰੀ ਗੁਰੂ ਸਦਾਏ ਦੱਤ ਨੇ ਇਹਨਾਂ ਨਾਚਾਂ ਨੂੰ ਸ਼ਹਿਰੀ ਜੀਵਨ ਦੇ ਵਿੱਚ ਥਾਂ ਦਵਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਟੈਗੋਰ ਨੇ ਸਲਾਹਿਆ ਵੀ ਸੀ। ਸੋ ਇਸੇ ਤਰ੍ਹਾਂ ਹੀ ਗੁਜਰਾਤ ਦਾ ਗਰਬਾ ਜਿਹੜਾ ਨਾਚ ਹੈ ਉਹ ਪ੍ਰਸਿੱਧ ਹੈ। ਗੁਜਰਾਤ ਦੇ ਪਿੰਡਾਂ ਵਿੱਚ ਹੀ ਨਹੀਂ ਸਗੋਂ ਸ਼ਹਿਰਾਂ ਦੇ ਵਿੱਚ ਵੀ ਇਸਤਰੀਆਂ ਬੜੀ ਸ਼ਰਧਾ ਦੇ ਨਾਲ ਗਰਬਾ ਨਾਚ ਜਿਹੜੀਆਂ ਹਨ ਉਹ ਨੱਚਦੀਆਂ ਹਨ। ਹੋਰ ਤੇ ਹੋਰ ਆਪਣੇ ਦੇਸ਼ ਦੀ ਇਸ ਪ੍ਰੇਰਣਾ ਭਰਪੂਰ ਕਲਾ ਉੱਤੇ ਮਹਾਤਮਾ ਗਾਂਧੀ ਜਿਹੇ ਵੀ ਮਾਣ ਕਰਦੇ ਰਹੇ ਹਨ। ਸੋ ਇਸੇ ਤਰ੍ਹਾਂ ਲੇਖਕ ਜਿਹੜਾ ਹੈ ਲੇਖਕ ਅਨੁਸਾਰ ਸਾਡੇ ਦੇਸ਼ ਦੇ ਹੋਰਨਾਂ ਪ੍ਰਾਂਤਾਂ ਵਿੱਚ ਵੀ ਅਜਿਹੇ ਨਾਚ ਪ੍ਰਚਲਿਤ ਹਨ ਜੋ ਸਾਡੇ ਕੌਮੀ ਜੀਵਨ ਨੂੰ ਇੱਕ ਅੱਤ ਨਿੱਕੀ ਪ੍ਰੇਰਣਾ ਦੇ ਸਕਦੇ ਹਨ। ਪੰਜਾਬ ਦੇ ਕਵੀ ਧਨੀ ਰਾਮ ਚਾਤ੍ਰਿਕ ਨੇ ਗਿੱਧੇ ਵੱਲ ਮਿੱਠਾ ਜਿਹਾ ਇਸ਼ਾਰਾ ਕਰਦੇ ਹੋਏ ਦੱਸਿਆ ਹੈ ਕਿ ਜਦ ਰਾਤ ਚਾਨਣੀ ਖਿੜਦੀ ਹੈ ਕਹਿੰਦੇ ਕੋਈ ਰਾਗ ਇਲਾਹੀ ਛਿੜਦਾ ਹੈ। ਜਦ ਰਾਤ ਚਾਨਣੀ ਖਿੜਦੀ ਹੈ ਕੋਈ ਰਾਗ ਇਲਾਹੀ ਜਿਹੜਾ ਹੈ ਛਿੜਦਾ ਹੈ ਗਿੱਧੇ ਨੂੰ ਲੋਹੜਾ ਆਉਂਦਾ ਹੈ ਜੋ ਬੰਤੇ ਬਿਰਹਾ ਪਿੜਦਾ ਹੈ। ਸੋ ਅੱਗੇ ਗੱਲ ਕਰ ਰਹੇ ਹਾਂ ਜੀ ਗਿੱਧੇ ਦੇ ਜਨਮ ਦੇ ਬਾਰੇ ਵਿੱਚ। ਸੋ ਅੱਗੇ ਹੈ ਜੀ ਗਿੱਧੇ ਦਾ ਜਨਮ। ਹੁਣ ਅਸੀਂ ਜਿਹੜਾ ਹੈ ਪਹਿਲਾਂ ਦੇਖਿਆ ਕਿ ਜਿਹੜਾ ਗਿੱਧਾ ਹੈ ਉਹ ਖੁਸ਼ੀ ਦਾ ਇੱਕ ਆਪਮਹਾਰਾ ਉਚਾਲ ਹੈ। ਦੂਜਾ ਇਸ ਨੂੰ ਨੱਚਣ ਦਾ ਸਰੋਤ ਵੀ ਮੰਨਿਆ ਗਿਆ ਹੈ। ਫਿਰ ਅਸੀਂ ਪਹਿਲਾਂ ਗੱਲ ਕੀਤੀ ਕਿ ਅਸੀਂ ਵੱਖ ਵੱਖ ਜਿਹੜਾ ਮਤਲਬ ਦੇਸ਼ ਹਨ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਲੋਕ ਨਾਚ ਜਿਹੜੇ ਹਨ ਉਹ ਕੀਤੇ ਜਾਂਦੇ ਹਨ ਉਹਨਾਂ ਦੇ ਬਾਰੇ ਵਿੱਚ। ਉਸ ਬਾਅਦ ਅਸੀਂ ਹੁਣ ਪਹੁੰਚੇ ਹਾਂ ਜੀ ਗਿੱਧੇ ਦੇ ਜਨਮ ਦੇ ਬਾਰੇ ਵਿੱਚ। ਸੋ ਗਿੱਧੇ ਦਾ ਜਿਹੜਾ ਜਨਮ ਹੈ ਕਹਿੰਦੇ ਗਿੱਧਾ ਪਾਉਣ ਦਾ ਵਲਵਲਾ ਜਿਹੜਾ ਹੈ ਖੁਸ਼ੀ ਨਾਲ ਉੱਛਲਦੇ ਹੋਏ ਨਰੋਏ ਦਿਲ ਦੇ ਵਿੱਚੋਂ ਉੱਛਲਦਾ ਹੈ। ਕੋਈ ਵੇਲਾ ਸੀ ਕਿ ਸਾਡੇ ਦੇਸ਼ ਦੇ ਦਾ ਜਿਹੜਾ ਦਿਲ ਸੀ ਅੱਜ ਵਾਂਗ ਜਿਹੜਾ ਸੀ ਉਹ ਲਿਸਾ ਤੇ ਟੈਂਦੀਆਂ ਕਲਾ ਵਿੱਚ ਰਹਿਣ ਵਾਲਾ ਨਹੀਂ ਸੀ। ਪੀੜੀਓ ਪੀੜੀ ਚੱਲੇ ਆਉਣ ਵਾਲੇ ਮੁਗਲ ਉਸ ਸਮੇਂ ਦੀ ਯਾਦ ਦਵਾਉਂਦੇ ਹਨ ਉਹਨਾਂ ਦੁਆਰਾ ਉਹਨਾਂ ਦਿਨਾਂ ਦੇ ਵਿੱਚ ਸੱਚਮੁੱਚ ਜੀਵਨ ਦੇ ਵਿੱਚ ਖੁਸ਼ੀਆਂ ਜਿਹੜੀਆਂ ਸਨ ਉਹਨਾਂ ਦੀ ਖੁੱਲੀਆਂ ਰਵਾਨਗੀਆਂ ਹਨ। ਕਹਿੰਦੇ ਸਾਡੇ ਬਜ਼ੁਰਗਾਂ ਨੇ ਮੌਜ ਮੇਲਿਆਂ ਦੇ ਵਲਵਲੇ ਨੂੰ ਰੂਪ ਦੇਣ ਲਈ ਸਮਾਜਿਕ ਸ਼ੁਗਲ ਕਈ ਤਰ੍ਹਾਂ ਦੇ ਆਰੰਭੇ ਹਨ। ਉਹਨਾਂ ਵਿੱਚ ਬਸੰਤ, ਹੋਲੀ ਤੇ ਹੋਲੀ, ਲੋਹੜੀ, ਗਿੱਧੇ ਦੀ ਯਾਦ ਅੱਜ ਤੱਕ ਉਸੇ ਤਰ੍ਹਾਂ ਕਾਇਮ ਹੈ। ਸੋ ਪੁਰਾਣਾ ਪੰਜਾਬ ਤੇ ਗਿੱਧਾ ਅਗਲਾ ਪੁਆਇੰਟ ਹੈ। ਪੁਰਾਣਾ ਪੰਜਾਬ ਤੇ ਗਿੱਧਾ। ਸੋ ਅੱਗੇ ਅਸੀਂ ਗੱਲ ਕੀਤੀ ਕਰਦੇ ਹਾਂ ਕਹਿੰਦੇ ਜਦ ਅਸੀਂ ਗਿੱਧੇ ਦੇ ਜਨਮ ਕਾਲ ਬਾਰੇ ਸੋਚਦੇ ਹਾਂ ਤਾਂ ਸਾਡੇ ਸਾਹਮਣੇ ਚੌੜੇ ਮੱਥਿਆਂ ਵਾਲੇ, ਤਿੱਖੇ ਲੰਮੇ ਨੱਕਾਂ ਵਾਲੇ, ਸੋ ਲੰਮੀਆਂ ਬਾਹਾਂ ਵਾਲੇ, ਮੋਟੀਆਂ ਪਿੰਨੀਆਂ ਵਾਲੇ ਅਤੇ ਨਿਰਭੈ ਚਾਲ ਢਾਲ ਵਾਲੇ ਬੰਦੇ ਜਿਹੜੇ ਹਨ ਉਹ ਆ ਜਾਂਦੇ ਹਨ। ਦੂਰ ਪਿੰਡਾਂ ਵਿੱਚ ਘਰ ਅੰਦਰ ਛਾਤੀ ਮਾਰੋ ਤਾਂ ਕਿਸੇ ਨੁਕਰੇ ਡਾਂਗਾਂ ਨੇਜੇ ਪਏ ਵਿਖਾਈ ਦਿੰਦੇ ਹਨ। ਕਿਤੇ ਕਿੱਲੀ ਉੱਤੇ ਖੁੰਡੀ, ਤਰਕਸ਼ ਤੇ ਕਮਾਨਾਂ ਲਟਕ ਰਹੀਆਂ ਹਨ। ਕਿਤੇ ਮਧਾਣੀਆਂ, ਨੇਤਰੇ, ਕਾੜਨੀਆਂ, ਭੜੋਲੀਆਂ ਪਈਆਂ ਹਨ। ਘਰ ਘਰ ਦੇ ਵਿੱਚ ਤ੍ਰਿੰਝਣ ਲੱਗੇ ਹੋਏ ਹਨ। ਰਹਿਣੀ ਬਹਿਣੀ ਸਾਫ਼ ਸੁਥਰੀ, ਪਹਿਰਾਵਾ ਖੁੱਲ੍ਹਾ, ਹਰ ਪਾਸੇ ਸੁਤੰਤਰਤਾ ਅਤੇ ਮੌਜ ਹੈ। ਬਾਹਰ ਭੇਡਾਂ ਬੱਕਰੀਆਂ ਦੇ ਇੱਜੜ, ਗਾਈਆਂ ਮਈਆਂ ਦੇ ਵਗ ਦਾ ਕੋਈ ਅੰਤ ਨਹੀਂ। ਸ਼ਾਮ ਵੇਲੇ ਲੋਕ ਖੇਤਾਂ ਤੋਂ ਘਰਾਂ ਨੂੰ ਮੋੜਾ ਪਾਉਂਦੇ ਹਨ।
ਰੋਟੀ ਟੁੱਕ ਖਾ ਕੇ ਰਤਾ ਆਰਾਮ ਨਾਲ ਮਗਰੋਂ ਖੁੱਲੀ ਥਾਂ ਤੇ ਇਕੱਠੇ ਹੁੰਦੇ ਹਨ। ਅੱਧੀ ਅੱਧੀ ਰਾਤ ਤੱਕ ਨੱਚਣ ਕੁੱਦਣ ਤੇ ਗਾਉਣ ਦਾ ਰੰਗ ਵੱਜਦਾ ਹੈ। ਬੱਚਿਆਂ ਦਾ ਜੰਮਿਆ ਖੂਨ ਵੀ ਗਰਮ ਹੋ ਜਾਂਦਾ ਹੈ ਤੇ ਕੁਦਰਤ ਵੀ ਉਹਨਾਂ ਦੇ ਨਾਲ ਨੱਚਣ ਲੱਗ ਪੈਂਦੀ ਹੈ। ਇੰਝ ਲੱਗਦਾ ਹੈ ਤਾਰੇ, ਛੱਪੜ ਦਾ ਪਾਣੀ, ਪਿੱਪਲ ਦੇ ਪੱਤੇ ਵੀ ਗਿੱਧਾ ਪਾਉਣ ਵਿੱਚ ਮਸਤ ਹੋ ਗਏ ਹਨ। ਸੋ ਅਗਲਾ ਹੈ ਜੀ ਰਣ ਵਾਸਾਂ ਦੇ ਵਿੱਚ ਨ੍ਰਿਤ ਕਾਰੇ। ਅਗਲਾ ਹੈ ਰਣ ਵਾਸਾਂ ਵਿੱਚ ਨ੍ਰਿਤ ਕਾਰੇ। ਰਣ ਵਾਸਾਂ ਵਿੱਚ ਨ੍ਰਿਤ ਕਾਰੇ। ਸੋ ਰਣਵਾਸਾਂ ਦੇ ਵਿੱਚ ਨ੍ਰਿਤਕਾਰੀ ਦੀ ਗੱਲ ਕਰਦੇ ਹਾਂ। ਕਹਿੰਦੇ ਪਹਿਲਾ ਜਿਹੜਾ ਸੀ ਸਮਾਂ ਸੀ ਉਦੋਂ ਖੁੱਲ੍ਹਾ ਸੀ, ਹਰ ਚੀਜ਼ ਖੁੱਲ੍ਹ ਕੇ ਕੀਤੀ ਜਾਂਦੀ ਸੀ ਅਤੇ ਜਿਹੜਾ ਹੈ ਕਹਿੰਦੇ ਨ੍ਰਿਤ ਵੀ ਜਿਹੜਾ ਸੀ ਉਹ ਵੀ ਖੁੱਲ੍ਹਾ ਸੀ। ਸੋ ਇਸ ਤਰ੍ਹਾਂ ਹਰ ਤਰ੍ਹਾਂ ਦੀ ਖੁੱਲ੍ਹ ਜਿਹੜੀ ਸੀ ਉਸ ਤਰ੍ਹਾਂ ਸਾਨੂੰ ਪ੍ਰਾਪਤ ਸੀ। ਸੋ ਜੇਕਰ ਅਸੀਂ ਰਣਵਾਸਾਂ ਦੀ ਗੱਲ ਕਰਦੇ ਹਾਂ, ਸਮੇਂ ਦੇ ਬੀਤਣ ਨਾਲ ਜੀਵਨ ਨਾਟਕ ਨੇ ਵੀ ਕਈ ਝਾਕੀਆਂ ਦੇਖੀਆਂ। ਪਿੰਡਾਂ ਦੇ ਕਸਬੇ ਤੇ ਕਸਬਿਆਂ ਤੇ ਸ਼ਹਿਰ ਬਣ ਗਏ। ਪਿੰਡਾਂ ਦੇ ਸ਼ਹਿਰਾਂ ਦੀ ਰਹਿਣੀ ਬਹਿਣੀ ਵਿੱਚ ਬਹੁਤ ਫਰਕ ਪੈ ਗਿਆ। ਪਿੰਡਾਂ ਵਿੱਚ ਤਾਂ ਗਿੱਧਾ ਪ੍ਰਧਾਨ ਰਿਹਾ ਪਰ ਸ਼ਹਿਰਾਂ ਵਾਲਿਆਂ ਨੇ ਇਸ ਦਾ ਰੰਗ ਰੂਪ ਆਪਣੀ ਮਰਜ਼ੀ ਨਾਲ ਹੀ ਬਦਲ ਦਿੱਤਾ। ਨ੍ਰਿਤਕਾਰੀ ਦਾ ਇਹ ਨਵਾਂ ਰੂਪ ਬਹੁਤ ਹਰਮਨ ਪਿਆਰਾ ਹੋ ਗਿਆ। ਰਣਵਾਸਾਂ ਦੇ ਵਿੱਚ ਰਾਜਕੁਮਾਰੀਆਂ ਦੀ ਸਿੱਖਿਆ ਲਈ ਨ੍ਰਿਤਕਾਰੀ ਨੂੰ ਇੱਕ ਖਾਸ ਮਜ਼ਮੂਨ ਸਮਝਿਆ ਗਿਆ। ਕਹਿੰਦੇ ਸਮਾਜਿਕ ਉਤਸ਼ਾਹ ਵਿੱਚ ਇਸ ਨੂੰ ਚੌਖੀ ਥਾਂ ਦਿੱਤੀ ਜਾਣ ਲੱਗੀ। ਰਾਮਾਇਣ ਅਤੇ ਮਹਾਭਾਰਤ ਦੇ ਸਮੇਂ ਕਹਿੰਦੇ ਨ੍ਰਿਤਕਾਰੀ ਇੱਕ ਹੁਨਰ ਬਣ ਚੁੱਕੀ ਸੀ। ਮਹਾਤਮਾ ਬੁੱਧ ਦੇ ਸਮੇਂ ਤੋਂ ਪਿੱਛੋਂ ਦੀ ਨ੍ਰਿਤਕਾਰੀ ਨੂੰ ਵੀ ਜਿਹੜੀ ਵਧੀਆ ਚੌਖੀ ਥਾਂ ਮਿਲੀ। 1901 ਤੋਂ ਲੈ ਕੇ 1950 ਤੱਕ ਦੇਸ਼ ਦੇ ਜੀਵਨ ਦੇ ਵਿੱਚ ਕਈ ਤਬਦੀਲੀਆਂ ਹੋਈਆਂ। ਹੌਲੀ ਹੌਲੀ ਨ੍ਰਿਤਕਾਰੀ ਨੂੰ ਰਣਵਾਸਾਂ, ਦਰਬਾਰਾਂ ਤੇ ਉਤਸਵਾਂ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਪਰ ਸੁੰਦਰਤਾ ਦੀ ਚੇਤਨਾ ਦੇ ਬਖਸ਼ੇ ਹੋਏ ਇਸ ਬਲਬਲੇ ਨੂੰ ਕੋਈ ਤਾਕਤ ਦਬਾ ਨਹੀਂ ਸੀ ਸਕਦੀ। ਜਿਨ੍ਹਾਂ ਨੇ ਇਸ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ ਉਹ ਛੇਤੀ ਹੀ ਕਸਬੀ ਨਾਚੀਆਂ ਦੇ ਬੂਹੇ ਖੜਕਾਉਣ ਲੱਗੇ ਸਨ। ਭਾਵੇਂ ਇਸ ਚੇਟਕ ਵਿੱਚ ਉਹਨਾਂ ਨੂੰ ਕਾਫੀ ਸਜ਼ਾ ਭੁਗਤਣੀ ਪਈ ਪਰ ਪਿੰਡ ਵਿੱਚੋਂ ਦੁਰਦਸ਼ ਇਹ ਜਿਹੜਾ ਗਿੱਧਾ ਮਤਲਬ ਇਹ ਜਿਹੜਾ ਨ੍ਰਿਤਕਾਰੀ ਸੀ ਉਹ ਦੁਰਦਸ਼ਾ ਤੋਂ ਬਚੇ ਰਹੇ। ਪਿੰਡਾਂ ਦੀ ਜ਼ਿੰਦਗੀ ਵਿੱਚ ਗਿੱਧਾ ਪਹਿਲਾਂ ਵਾਂਗ ਹੀ ਵਲਵਲਿਆਂ ਤੇ ਫੁੱਲ ਖਿਲਾਉਂਦਾ ਰਿਹਾ। ਗੁਰੂਆਂ ਦੀ ਬਾਣੀ ਜਿਸ ਦਾ ਸੰਬੰਧ ਆਮ ਲੋਕਾਂ ਨਾਲ ਡੂੰਘਾ ਹੈ, ਕਹਿੰਦੇ ਰੱਬੀ ਪਿਆਰ ਤੇ ਡੂੰਘੇ ਤੇ ਅਕਹਿ ਸੁੱਖ ਦੀ ਉੱਛਲ ਉੱਛਲ ਪੈਂਦੀ ਖੁਸ਼ੀ ਨੂੰ ਦੱਸਣ ਲਈ ਗਿੱਧੇ ਦੀ ਮਸਤੀ ਵੱਲ ਗੁੱਝਾ ਇਸ਼ਾਰਾ ਕਰਦੀ ਹੋਈ ਕਹਿੰਦੀ ਹੈ ਨਾਨਕ ਗਿੱਧਾ ਰਹਿ ਰਸ ਮਾਹੇ, ਨਾਨਕ ਗਿੱਧਾ ਰਹਿ ਰਸ ਮਾਹੇ, ਨਾਮ ਸੰਗ ਇਹ ਮਨੁਆ ਗਿੱਧਾ। ਸੋ ਹੁਣ ਗੱਲ ਕਰਦੇ ਹਾਂ ਜੀ ਭੂਤਕਾਲ ਵਿੱਚ ਗਿੱਧਾ। ਭੂਤਕਾਲ ਵਿੱਚ ਗਿੱਧਾ। ਸੋ ਭੂਤਕਾਲ ਦੇ ਵਿੱਚ ਗਿੱਧੇ ਦੀ ਜ਼ਿਕਰ ਗੱਲ ਕਰਦੇ ਹਾਂ ਕਿ ਜਿਸ ਬੀਤ ਚੁੱਕੇ ਜ਼ਮਾਨੇ ਦਾ ਜ਼ਿਕਰ ਅਸੀਂ ਉੱਪਰ ਕੀਤਾ ਹੈ ਉਸਦੀ ਤਸਵੀਰ ਇੰਨੀ ਧੁੰਦਲੀ ਪੈ ਗਈ ਹੈ ਕਿ 20ਵੀਂ ਸਦੀ ਵਿੱਚ ਉਸ ਬਾਰੇ ਕੋਈ ਅੰਦਾਜ਼ਾ ਲਾਉਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੀ ਹੋ ਗਿਆ ਹੈ। ਸੋ ਕਹਿੰਦੇ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਉਸ ਸਮੇਂ ਦੀ ਲੋਕਾਈ ਜਿਹੜੀ ਸੀ ਲੋਕਾਈ ਦੇ ਜੀਵਨ ਦੇ ਵਿੱਚ ਅੱਜ ਕੱਲ੍ਹ ਵਰਗੀਆਂ ਰੀਝਾਂ ਅਤੇ ਉਮੰਗਾਂ ਸਨ। ਸੋ ਕਹਿੰਦੇ ਭਾਵੇਂ ਉਸ ਸਮੇਂ ਦੀ ਨ੍ਰਿਤਕਾਰੀ ਦਾ ਰੂਪ ਅੱਜ ਕੱਲ੍ਹ ਦੇ ਗਿੱਧੇ ਨਾਲੋਂ ਵੱਖਰਾ ਹੋਵੇ ਪਰ ਗੁਜਰੇ ਸਮੇਂ ਦਾ ਅਨੁਮਾਨ ਲਾਉਣਾ ਮੁਸ਼ਕਿਲ ਹੈ। ਸੋ ਇਸ ਲਈ ਅਸੀਂ ਗਿੱਧੇ ਦੇ ਵਰਤਮਾਨ ਰੂਪ ਦਾ ਹੀ ਨਕਸ਼ਾ ਜਿਹੜਾ ਹੈ ਉਸਨੂੰ ਖਿੱਚ ਸਕਦੇ ਹਾਂ। ਸੋ ਵਰਤਮਾਨ ਜਿਹੜਾ ਗਿੱਧਾ ਹੈ ਉਹ ਕਿਸ ਤਰ੍ਹਾਂ ਦਾ ਹੈ? ਵਰਤਮਾਨ ਗਿੱਧਾ, ਸੋ ਅੱਗੇ ਗੱਲ ਕਰਦੇ ਹਾਂ ਜਿਹੜਾ ਵਰਤਮਾਨ ਗਿੱਧਾ ਹੈ। ਸੋ ਉਸਦੀ ਗੱਲ ਕਰਦਾ ਹੋਇਆ ਕਵੀ ਕਹਿ ਰਿਹਾ ਕਿ ਕਹਿੰਦੇ ਗਿੱਧਾ ਪਾਉਣ ਲਈ ਲੋਕ ਹੁੰ ਹੁਮਾ ਕੇ ਆਉਂਦੇ ਤੇ ਘੇਰਾ ਬਣਾ ਕੇ ਖੜੇ ਹੋ ਜਾਂਦੇ। ਜਿਵੇਂ ਜਿਵੇਂ ਰੌਣਕ ਵੱਧਦੀ ਜਾਂਦੀ ਕਹਿੰਦੇ ਇਹ ਘੇਰਾ ਵੀ ਉਨਾ ਹੀ ਵੱਡਾ ਹੁੰਦਾ ਜਾਂਦਾ।
दो बंदे घेरे के विचकार जिहड़ा है वह आ जाते ते आ के गिद्धे की अगवाई करते सन। एक खास सुर विच गीत नूं चुकदे सन ते आखरी टप्पे उत्ते सारी मंडली मिल के एक सुर हो के गाउंदी है। घेरे विच खड़े बंदे अखीरले टप्पे नूं गाउंदे ते ताड़ियां मार के ताल जिहड़े सन ताल पूरदे सन, पर गिद्धे दे आगू जिहड़े सन उह घूम घूम के नचदे सन। इस तरह दो बंदे घेरे विच आ के एक तो पिछों दूजा फिर जिहड़ा है इस तरह तीजा जिहड़ा है उह गीत गाउंदे जांदे सन। सो गिद्धे विच जीवन की जिहड़ी लहर दा होना। सो अगला पॉइंट है गिद्धे विच जीवन दी लहर दा होना। सो अगला पॉइंट है गिद्धे विच जीवन दी लहर दा होना। कस्बी नाचियां ने बनावटी नाच दी सौखी जड़ी है सौखी जड़ी है दे पुल लोग शायद इस नाच नूं फोकी टप्पी टप टपाई ही समझन, पर इस विच जीवन दा निक ते प्यार दी डूंघाई मिलदी है। गिद्धा आम करके सादगी प्रधान नाच है, पर खास उत्सवां दे विच लोकी बाण ठाण के इस नाच नूं करदे हन। कदे कदे गिद्धे दे आगुआं दे पैरी घुंगरू बन दिते जांदे हन। इन्हां दी मिट्टी छनकराहट हत्थां दी ताड़ी दे नाल रल के एक अजीब जिहा वातावरण सिरजदी है। गिद्धे दीआं महफलां विच किते ढोलक वंजली अलगोजा काटो ते तुंबा जिहड़ा है वजाउण दा रिवाज वी रिहा है। सो इस्त्री पुरश दोहां दा मन पसंद नाच। अगला पॉइंट है सो गिद्धे दा रिवाज इस्त्रियां विच ही है ही नहीं सगों पुरशां विच वी सी। कहिंदे आम तौर ते इस्त्रियां ते पुरश वक् वक् गिद्धा पाउंदे सन, पर कई मौकियां ते इकट्ठे वी हो जांदे हन। ब्याह शादी दे मौके ते नानका मेल गिद्धा पाउंदा है ते पिंड दे गभरू ते जवान मुंडे इस नूं देख के खुल लै लैंदे हन। सो कहिंदे पर इह रिवाज मालवे तो बिना पंजाब दे होर हिस्सिआं विच घट ही विखाई दिंदा है। सो अगे है जी पुन्नियां दी रात। पुन्नियां दी रात जिहड़ी है उह गिद्धे लई अक्सर चंगी मन्नी जांदी है। परदेसों परते होए मुड़ देश वल फेरा पाउण लई खुशी विच जिहड़ा आए हुए लोग जिहड़े हन खुशी विच गिद्धा पाउण दा रिवाज उहनां दे लई रिहा है। गिद्धे दी बोली भी है जी खट्टण गिआ सी की खट लिआंदा। सो इह वी जिहड़ी इस गल वल संकेत करदी है कि जिहड़ा परदेसों वापस परते होए जिहड़ा वीर भैण है उसके लिए विशेष खुशी जिहड़ी है वह मनाई जाती है। सो अगला पॉइंट है सादगी खुशी ते बेपरवाही की लोड़। गिद्धे विच सहज सुभा सादगी खुशी अते बेपरवाही आदि गल्लां जिहड़ियां हन वह झलकदियां दिखाई दिंदियां हन। गिद्धे दे नाल नाल गीतां दा जन्म वी हुंदा रहिंदा है। गिद्धे दे गीतां विच रूप रूप कहिंदे फुल्लां वर्गा खेड़ा ते फुल्लां वर्गा रस दिखाई दिंदा है। इन्हां गीतां दी ताल दिल दरिया दे रसीले बैणा दे विच्चों ही पैदा हुंदे हन। गिद्धे दे गीत नचण वाले आम जीवक ते आमक जिहड़ा है उह दृश्यां विच्चों ही अपनियां रचनावां दे लई मसाला जिहड़ा है उह लभ लैंदे हन। सो गिद्धे दे गीत जेकर असीं गिद्धे दे गीतां दी गल करदे हाँ तां गिद्धे दे गीतां नूं बोलियां कहा जांदा है। जदों कहिंदे गिद्धा पाउण वाले इन्हां नूं गाउंदे हन तां इन्हां नूं खास हुलारा जिहड़ा है उह मिलदा है जो इन्हां विच इक सुआदली ते रवानगी भर दिंदा है। लोक इन्हां नूं नच नच के गाउंदे ते खीवे हुंदे जांदे हन। सो जेकर गिद्धे दे गीतां दी गल करदे हाँ ਤਾਂ ਇਹਨਾਂ ਦੇ ਵਿੱਚ ਛੰਦਾਬੰਦੀ ਦਾ ਵਿਕਾਸ ਵੀ ਹੋਇਆ ਲੱਗਦਾ ਹੈ। ਸ਼ੁਰੂ ਸ਼ੁਰੂ ਵਿੱਚ ਸਿਰਖੰਡੀ ਦਾ ਰਿਵਾਜ ਜਿਹੜਾ ਸੀ ਉਹ ਹੋ ਚੁੱਕਾ ਜਾਪਦਾ ਹੈ, ਜਿਵੇਂ ਕਦੇ ਪਾਵਤ ਨਾ ਵੱਲ ਫੇਰਾ ਕੁੰਜੇ ਪਹਾੜ ਦੀ। ਸੋ ਜਿਵੇਂ ਜਿਵੇਂ ਸੰਗੀਤ ਜਿਹੜਾ ਹੈ ਸੰਗੀਤ ਦੀ ਰੁਚੀ ਦਾ ਵਿਕਾਸ ਹੁੰਦਾ ਗਿਆ, ਗਿੱਧੇ ਦੇ ਗੀਤ ਜਿਹੜਾ ਸੀ ਉਹਨਾਂ ਦਾ ਤੁਕਾਂਤਕ ਵੀ ਲੰਬਾ ਹੁੰਦਾ ਗਿਆ। ਉੱਪਰਲੀ ਬਣਤਰ ਜਿਹੜੀ ਹੈ ਉਹ ਗੀਤਾਂ ਦੇ ਆਰੰਭ ਵਿੱਚ ਪਰਦੇਸੋਂ ਆਏ ਪ੍ਰੀਤਮ ਦੀ
लियाई हुई सौगात दे वल भी इशारा करती है। सो इस बंतर तो यह भी बन जाता सी कटन गया सी की कट लिया खट के लिया चूड़ा राती रोंदी दा भिज गया लाल पंगूड़ा। सो इस तरह के जिहड़े गिद्धे दे गीत सी ओह आम जिहड़े सन प्रचलित हो चुके सन। फिर कहिंदे इसे तरह ही उपरली बंतर तो पहला दस दस सत्रह जोड़न का रिवाज भी शुरू हो गया सी, पर प्रधानता अखीरले बोलां दी ही रही सी। सो जिहड़ा एक पासे जेकर औरतां गिद्धा पाउंदियां सन इसरियां दा गिद्धा सी तां दूजे पासे जिहड़ा मर्दां दा गिद्धा सी उस ओह गिद्धे ते वी गीतां दे ताल जिहड़ी सी इत्थे ही खत्म हो गए, पर इसरियां दी प्रतिभा जिहड़ी सी ओह अग्गे ही वधदी गई। इसरियां जिन्ना कोमल दिल है उन्हां दे गीत भी उन्हां दी रचना दी तरह मिठे ही हुंदे गए। सुन जिस तरह सुन्नी कुड़िए झुमकियां वालिए सुन्नी कुड़िए झुमकियां वालिए झुमके तेरे ला लवांगे तेरे नाल प्रीतां पा लवांगे। सो इस तरह जिहड़ा सी इन्हां दी अपनी कोमलता दी तरह इन्हां दे जिहड़े गीत सी ओह भी कोमल ही कोमल जिहड़े सन हुंदे गए। सो लास्ट है जी नाटकी रंग ते विशा, लास्ट पॉइंट दिंदे दा है नाटकी रंग ते विशा। सो जेकर असीं हुण गिद्धे दे नाटकी रंग की गल करते हाँ तां जिहड़ा गिद्धा है इस दे विच हौली हौली जिहड़ा है ओह नाटकी रंग भी भरदा जा रहा है। सो नाटकी रंग जिहड़ा है कहिंदे गिद्धे दे गीतां दा एक खास विशेषता रही है कि इन्हां दे विचली नाटकीयता है। कोड़े स्थानक रंगण इस विच नाटकी गुणा नूं होर भी ज़्यादा चमकाउंदी जांदी है। उदाहरण दे वजो सज गईआं कुड़ियां दीआं सहेलियां दा उन्हां तों मुकलावे दे दिन दे बारे पुछणा इस तरह गीतां दे विच पंजाबी सभ्याचार दीआं अनेकां होर झाकियां जिहड़ियां हन ओह मिलदीआं हन। असल विच गिद्धे दे इन्हां गीतां विचों लोक जीवन दी आत्मा नूं पछाणिआ जा सकदा है। गिद्धे दीआं बोलीआं दा चित्र पट लंबीआं फिल्मां वांग साडीआं अक्खां दे सामणे आउंदा है, सानू प्रेरणा दिंदा है, साडे अंदर कविता दी जाग लाउंदा है, साडे अंदरलियां खुशियां दा प्रगटावा करदा है ते असी जिहड़ा है इस नूं खुशी आनंद दा ते सरूर दा एक जिहड़ा है केंद्र मानदे हाँ। सो इह सीगा जी साडा निबंध गिद्धा। सो जिहड़ा इह निबंध साडा अज इत्थे ही समाप्त हुंदा, इस नाल असी साडी अज दी क्लास वी इत्थे ही समाप्त करदे हां। मिलते हैं साढ़े अगले निबंध साड़ी अगली क्लास के। सो तद तक दे लई धन्नवाद जी।